ਮੰਗੇਤਰ ਨੂੰ ਕੀ ਹੁੰਦਾ ਸੀ, ਇੱਕ ਦਿਨ ਘਰ ਦੂਜੇ ਦਿਨ ਕੰਮ ਤੇ, ਉਹਨੂੰ ਵਿਚਾਰੇ ਇੰਗਲੈਂਡ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ। ਇਹ ਬਹੁਤ ਅੱਛੀ ਗੱਲ ਹੈ ਨਾ, ਜੇ ਪਹਿਲੇ ਮਿਲ ਜਾ ਮੌਕਾ ਤੇ ਫਿਰ ਮੰਗੇਤਰ ਥੋੜਾ ਵਿਗੜ ਜਾਣਾ। ਆ ਗਿਆ ਮੇਨ ਰੋਡ ਤੇ, ਕਿਆ ਬਾਤ ਹੈ, ਇਹ ਤਾਂ ਇੱਕ ਖਾਸ ਚੀਜ਼ ਹੈ। ये जबरदस्त, ये देखो जी बाइक की दुकान पे पान भी मिलेगा। उम्मीद कदर सी सारे खरीदना होगा जी। इतने मैं वॉकिंग फिर रहा सी, आवारा गर्दी कर रहा सी, ते इतने एक अपना बंदा मिल गया। पहले तो उस पछाणिया ही नहीं, ते इकट्ठे काम करते रहे असी फैक्ट्री च बड़ा अरसा। ते कहंदा भाई जी वेख्या वेख्या लगदा, मैं अजीब गल है जनाब, मैं पूरी डिटेलां दसियां, फिर जाके कितने मनिया आता। वाकई ये लगा हुंदा सी सुपरवाइजर ते साडे हाथ नहीं सी आंदा, ते मैं गुजरिया कोलू ते पछाण लिया फटाफट, ते ओ मैनू घंटा लग गया उन्हूं पछाण दे। चलो मिलांदे आ भाई, और भी खलोते ने नाल, ते गपशप लवांदे आ तुहानूं। वालेकुम सलाम जी तनवीर साहब, की हाल है सुनाओ। ठीक ठाक, ते भाई जी के पहले नाम दसो अपना जनाब। नाम है जी जफर इकबाल। जफर इकबाल, ते पाकिस्तान केड़ी जगह तू? ए जी चक सवारी पन्याम। पन्याम चक सवारी, ए मेरा बहुत ही प्यारा दोस्त है जनाब। असा बड़ा अरसा मंगेतर फैक्ट्री, सीधा सीधा कह दें गोरियां की फैक्ट्री सी, करदे सारे मंगेतर सी। PTCL जी काम करने सा जी, किधर मंगेतर फैक्ट्री? मंगेतर ओ जेड़ा नवा नवा मंगेतर आंदा सी सीधा उत्थे दर्शन। नहीं नहीं नहीं, ओ PTCL जी, ओ मंगेतर फैक्ट्री नहीं। ओ भाई जी मैनूं पता है, प्लास्टिक टूलिंग कंसल्टेंट। ओ गोरियां वास्ते सी उत्थे, 99% आपणे बंदे ते सारे मंगेतर, सारे मंगेतर सन। ए भाई ओ एग्री। अस्सलाम वालेकुम भाई जी। वालेकुम सलाम जी। और जी की हाल है? बड़े मंगेतर, ठीक ठाक है। ਵਧੀਆ ਜਨਾਬ। ਨਾਂ ਕੀ ਤੁਹਾਡਾ? ਨਾਮ ਮੇਰਾ ਜਾਨਦਾਦ ਖਾਨ ਜੀ। ਜਾਨਦਾਦ ਖਾਨ ਹੈ, ਤੇ ਪਾਕਿਸਤਾਨ? ਪਾਕਿਸਤਾਨ ਅਸੀਂ ਕੈਮਲਪੁਰ ਅਟਕ ਰਹੇ ਹਾਂ। ਅਟਕ ਤੋਂ ਤਲਕ ਰੱਖਦੇ ਨੇ ਭਾਈ। ਔਰ ਕਿਤਨਾ ਅਰਸਾ ਹੋਇਆ ਜਨਾਬ ਤੁਹਾਨੂੰ ਇੱਥੇ? ਮੈਂ ਜੀ ਇੱਥੇ ਹੋ ਗਏ ਕੋਈ 30 ਸਾਲ ਹੋ ਗਏ ਨੇ। 30 ਸਾਲ ਹੋ ਗਏ ਨੇ। ਕੀ ਜੇ ਲੱਗਾ ਜਨਾਬ ਫਿਰ? ਯੂਕੇ ਜੀ ਮਾਸ਼ਾਅੱਲਾ ਨਾਈਸ ਹੈ, ਅੱਛਾ ਹੈ। ਅੱਛਾ, ਤੇ ਟੈਕਸੀ ਕਰਦੇ ਰਹੋ ਜਾਂ ਕੋਈ ਹੋਰ ਕੰਮ? ਟੈਕਸੀ ਬਸ, ਸ਼ੁਰੂ ਤੋਂ ਟੈਕਸੀ ਕੀਤੀ ਹੈ ਬਸ। ਬਿਲਕੁਲ, ਸੁਣਿਆ ਵਾਕਿੰਗ ਹੈ ਬੜਾ ਮਹਿੰਗਾ ਜਨਾਬ। ਵਾਕਿੰਗ ਹੈ ਵਾਕਈ ਮਹਿੰਗਾ, ਇਸ 'ਚ ਕੋਈ ਸ਼ੱਕ ਨਹੀਂ। ਉਹਦੇ ਬੰਦਾ ਘਰ ਤੇ ਲੈ ਲੈਂਦਾ ਪਰ ਘਰ ਬਹਿਣਾ ਨਸੀਬ ਨਹੀਂ ਹੁੰਦਾ। ਨਹੀਂ ਆਉਣਾ, ਬਿਲਕੁਲ ਨਹੀਂ। ਟੈਕਸੀ ਡਰਾਈਵਰ ਕੇ ਆਉਣਾ ਹੀ ਨਹੀਂ ਵੈਸੇ ਵੀ। ਉਹ 24 ਘੰਟੇ ਮਕਾਨ ਦੀ ਮੋਰਵਿਜ ਪੂਰੀ ਕਰਦੇ ਕਦੇ ਗੁਜ਼ਰ ਜਾਂਦੀ? ਗੁਜ਼ਰ ਜਾਂਦੀ ਬਿਲਕੁਲ। ਇਸੇ ਵਜ੍ਹਾ ਨਾਲ ਅਸੀਂ ਇੱਥੋਂ ਹੈਲੀਫੈਕਸ ਵੋਕਿੰਗ ਨਸ ਕੇ ਹੈਲੀਫੈਕਸ ਗਏ। ਮੈਂ ਸੁੱਖ ਦਾ ਸਾਹ ਤੇ ਲਈਏ, ਪੈਸੇ ਤੇ ਇਕੱਠੇ ਹੋਣੇ ਕੋਈ ਨਹੀਂ, ਕੀ ਖਿਆਲ ਹੈ? ਬਿਲਕੁਲ ਬਿਲਕੁਲ, ਨਹੀਂ ਨਹੀਂ ਹੈਲੀਫੈਕਸ ਮਾਸ਼ਾਅੱਲਾ ਅਸੀਂ ਤੁਹਾਡੀ ਵੀਡੀਓ ਸ਼ੂਟ ਦੇਖਣਾ ਰਹਿੰਦੇ ਹਾਂ। ਤੇ ਬਹੁਤ ਸ਼ੁਕਰੀਆ ਜਨਾਬ, ਤੁਸੀਂ ਵੇਖਦੇ ਹੋ ਅੱਛੀਆਂ ਵੀਡੀਓ ਬਣਾਉਂਦੇ ਹੋ ਤੁਸੀਂ। ਤੇ ਮੇਰਾ ਤਾਂ ਕੰਮ ਹੀ ਹੈ ਜੀ ਆਪਣਾ ਕਲਚਰ, ਤੇ ਨਾਲੇ ਮਾਰਕੀਟਾਂ ਜਿੱਥੇ ਆਪਣੇ ਲੋਕ ਕੰਮ ਕਰਦੇ ਨੇ ਉਹ ਵਿਖਾਈਏ ਸਾਰਿਆਂ। ਨਹੀਂ ਜੀ ਨਹੀਂ, ਠੀਕ ਪੱਖੀ ਭੇਟਾ ਵਿੱਚ ਇਨਸ਼ਾਅੱਲਾ ਵੀਡੀਓ ਅੱਛੀਆਂ ਹੋਣੀਆਂ ਤੁਹਾਡੀਆਂ। ਬਿਲਕੁਲ, ਤੇ ਇਹ ਆਪਣਾ ਜ਼ਫਰ ਭਾਈ ਜਨਾਬ, ਅੱਜ ਕੱਲ੍ਹ ਕਿਹੜੀ ਸ਼ੁਗਲ ਹੈ ਜਨਾਬ? ਅੱਜ ਕੱਲ੍ਹ ਜੀ ਟੈਕਸੀ ਕਰਦੇ ਹਾਂ, ਹੋਰ ਕੀ ਸ਼ੁਗਲ ਹੈ, ਹੋਰ ਅਸਾਂ ਇੱਥੇ ਕਰ ਕੇ ਸਕਦੇ ਹਾਂ ਜੀ। ਬੁੱਢੇ ਹੋ ਗਏ ਹੁਣ ਜਨਾਬ? ਬੁੱਢੇ ਹੋਣਾ ਨਾ, ਹੁਣ ਜਵਾਨ ਜਵਾਨ ਕਿੱਥੇ ਹੋ ਸਾਂ? ਕੋਈ ਨੋਟ ਸ਼ੋਟ ਇਕੱਠੇ ਹੋਏ ਨੇ ਕਿ ਕੋਈ ਨਹੀਂ ਹੋਏ? ਬਹੁਤ ਨੋਟ ਇਕੱਠੇ। ਅੱਛਾ, ਬਹੁਤ ਨੋਟ ਲੈਣੇ ਆ ਸਾਰੇ, ਸਾਰੇ ਨੋਟ ਇਕੱਠੇ ਕਰ ਲੈਣਗੇ। ਅੱਛਾ, ਗੱਲ ਹੋਈ ਨਾ, ਤਾਂ ਹੀ ਤੁਸੀਂ ਇੱਥੇ ਹੋ। ਮੈਂ ਤਾਂ ਨਸ ਗਿਆ ਇੱਥੇ, ਮੈਂ ਨੋਟ ਤੇ ਆਣੇ ਕੋਈ ਨਹੀਂ, ਕੀ ਫਾਇਦਾ ਦਲੀਲ ਹੋਣ ਦਾ? ਨਹੀਂ, ਸਾਡੇ ਕੋਲ ਮਾਸ਼ਾਅੱਲਾ ਬਹੁਤ ਨੋਟ ਆ ਗਏ। ਅੱਛਾ, ਨੋਟ ਹੀ ਨੋਟ ਨਹੀਂ। ਕਦੇ ਪਾਕਿਸਤਾਨ ਦਾ ਚੱਕਰ ਲੱਗਾ? ਪਾਕਿਸਤਾਨ 4 ਸਾਲ ਹੋ ਗਏ ਨਾ ਗਏ ਨਾ, ਕੋਵਿਡ ਦੀ ਜਾਨ ਨਹੀਂ ਲੈਣਾ। ਇਹਦਾ ਮਤਲਬ ਨੋਟ ਇਕੱਠੇ ਕਰਨ ਦੇ ਚੱਕਰਾਂ 'ਚ ਬਾਈ, ਇਕੱਠੇ ਕਰਕੇ ਜ਼ਿਆਦਾ ਫਿਰ ਜਾਈਏ ਕਿ ਪਾਕਿਸਤਾਨ? ਹੋਰ ਕਿਆ, ਨੋਟ ਹੀ ਤਾਂ ਇਕੱਠੇ ਕਰਨੇ ਨਾ, ਆਏ ਇੱਥੇ ਕਿਸ ਵਾਸਤੇ ਸਾਂ? ਉਹ ਸਾਹਿਬ ਬੰਦਾ ਪਾਕਿਸਤਾਨ ਜਾਵੇ ਨਾ, ਉਹ ਆਖਦੇ ਨੇ ਆ ਗਿਆ ਇੰਗਲੈਂਡ ਹੀ, ਚਲੋ ਨੋਟ ਸ਼ੋਟ ਇਕੱਠੇ ਕਰ ਲਓ ਇਹਦੇ ਕੋਲੋਂ। ਬਿਲਕੁਲ ਠੀਕ ਹੈ ਜੀ, ਉਹਨਾਂ ਨਾਲ ਹੱਕ ਬੰਨਣ ਜੀ, ਬਿਲਕੁਲ ਥੋੜਾ ਬਹੁਤ ਦੇਣਾ ਚਾਹੀਦਾ ਭਾਈ। ਔਰ ਬੜਾ ਅਰਸਾ ਅਸਾਂ ਇਕੱਠਿਓ ਕੰਮ ਕੀਤਾ ਜਨਾਬ, ਇੱਕ ਫੈਕਟਰੀ ਦੇ ਅੰਦਰ, ਤੇ ਬੜਾ ਮਜ਼ਾ ਹੁੰਦਾ ਸੀ, ਬੜਾ ਦੇਸੀ ਜਿਹਾ ਮਾਹੌਲ ਹੁੰਦਾ ਸੀ। ਦੇਸੀ ਬੰਦਿਆਂ ਦਾ ਦੇਸੀ ਮਾਹੌਲ ਹੋਣੇ ਨੇ ਹਾਂਜੀ। ਉਹਲੇ ਸਾਨੂੰ ਇੰਗਲੈਂਡ ਕੇ ਪਾਕਿਸਤਾਨ ਬੜਾ ਯਾਦ ਆਉਂਦਾ ਸੀ ਜਦੋਂ ਅਸੀਂ ਗਏ ਨਾ ਫੈਕਟਰੀ 'ਚ, ਕੀ ਖਿਆਲ ਹੈ? ਉਹਦਾ ਨੇਨ ਆਇਆ ਨਵੇਂ ਨਵੇਂ ਆਇਆ ਸੀ, ਸਮਝ ਨਹੀਂ ਸੀ ਆ ਰਹੀ ਨਾ ਕਿਧਰ ਆ ਗਿਆ। ਉਹਦਾ ਚੰਨਾ ਕੀਤਾ ਗੁਜ਼ਾਰੀ ਯਾਦ, ਰਾਤ ਵੇ ਹੈ ਉਹ ਯਾਦ ਆਉਂਦਾ ਸੀ। ਖੁਸ਼ਬੂ ਆਈ ਨਾ ਫਿਰ ਆਸਾ ਤਾਂ ਭੁੱਲ ਗਿਆ ਪਾਕਿਸਤਾਨ। ਉਹਲੇ ਅਸਾਂ ਫਿਰ ਜ਼ਰਬਾਂ ਦੇਣੀਆਂ ਸ਼ੁਰੂ ਕੀਤੀਆਂ ਨਾ ਪਾਕਿਸਤਾਨ ਦੇ ਰੁਪਈਏ ਦੇ ਨਾਲ। ਵਾਕਈ ਯਾਰ ਇੱਥੇ ਨੋਟ ਬੜੇ ਜ਼ਾਲਮ ਨੇ। ਅੱਛਾ, ਤੇ ਬੜੀ ਖੁਸ਼ੀ ਹੋਈ ਜਨਾਬ ਤੁਹਾਡੇ ਨਾਲ, ਬੜਾ ਬੜਾ ਅਫਸੋਸ ਹੋਇਆ ਮਿੱਟੀ ਕੇ ਮੈਂ ਪਛਾਣ ਨਾ ਸਕਿਆ। ਬਹਰਹਾਲ ਉਹ ਮੈਂ ਜਨਾਬ ਤੋਂ ਜਾਣਦੇ ਹੋਏ ਇੱਕ ਨਜ਼ਰ ਮਾਰੀ, ਮੈਂ ਬੰਦਾ ਹੋਈ ਲੱਗਦਾ ਹੈ ਪਰ ਕੋ ਮੈਂ ਪਛਾਣ ਨਾ ਸਕਿਆ। ਉਹ ਦਿਲੂ ਹੋਬ ਹੋਵੇ ਨਾ ਬੰਦਾ ਪਛਾਣ ਹੀ ਲੈਂਦਾ। ਨਹੀਂ ਹੁੰਦਾ ਦੀ ਛਾਈ ਰੱਖੀ, ਹੁਣ ਕਿਸ ਤਰ੍ਹਾਂ ਪਛਾਣੀਏ? ਕਿਉਂ ਜਨਾਬ, ਅਸਾਂ ਤੁਹਾਨੂੰ ਪਛਾਣ ਲਿਆ, ਤੁਹਾਡੀ ਵੀ ਚਿੱਟੇ ਵਾਲ ਤੇ ਦਾੜੀ ਨਿਕਲ ਆਈ ਹੈ ਬਾਹਰ ਜਨਾਬ। ਉਹ ਟਿੱਪੀ ਤਾਂ ਭਰੋਸੇ ਹੁੰਦੀ ਹੈ ਹਾਂਜੀ। ਹੁਣ ਬੁਢਾਪਾ ਆ ਗਿਆ, ਇੰਗਲੈਂਡ 'ਚ ਬੜਾ ਕੁਝ ਆ ਜਾਂਦਾ ਜਨਾਬ, ਸਿਰ ਤੋਂ ਵਾਲ ਵੀ ਉੱਡ ਜਾਂਦੇ ਤੁਹਾਡੇ ਤੇ ਫਿਰ ਆਏ ਨੇ। ਕੀ ਖਿਆਲ ਹੈ, ਇੱਕ ਹੋਰ ਸ਼ਾਦੀ ਕਰਾਉਣ ਦਾ ਚੱਕਰ?
अच्छा जुतियां पहनगियां वेख लो खर्चो अपने ठीक है माशाल्लाह तुसी फिर इत्थे पक्के वॉकिंग या किधर होर चक्कर लाया ते पाकिस्तान का चक्कर लगा हुए कोशिश होनी है हर साल ही जाइए पर कोरोना चल रहा है वजह से नहीं जा सकता जहरी गल है फिर मजबूरियां भी होंदियां ने ते बंदा काम काज करता हो ते ओखे ही टाइम निकलता है मसाल काफी आ जाते हैं हां मसले मसाल इंग्लैंड च बंदा रहता है मसले मसाल वैसे ही बहुत होने तुसी ते जानदे होने अपने जावेद नु जी जी जावेद नु जानना बिल्कुल मेरा पुराना लंगोटिया यार है ओई ताई मैं तुहानू वेख के पछाणिया ने ते जावेद मेरा कजन है ना काम ना भी करो गुजारा हो जाता है शौकीन होवन यूके नोट सौखे लग जाते बिल्कुल वैसे मैं भी जले आया सी ना वलायत बड़ा सोहना लगता सी वलायत है तो सोहना ते जले असी वड़े ना फैक्ट्री च बड़ा भैड़ा लगा फिर पाकिस्तान निकम्मे बस खान पीन तो मिल जांदा है पाकिस्तान ओथे असी काम करके राजी नहीं सी जनाब असी जांदे सी फिर टुर के घर कपड़े मिट्टी लगन नहीं सी देंदे जले इत्थे आए ना कपड़े प्लास्टिक ही नहीं सी बहुत जांदी उन नशू इंग्लैंड दा ये तो है काम करना पोना है दिन रात करनी पोनी है ये गल ते है ते बहुत शुक्रिया जनाब बड़ी खुशी हुई जनाब थोड़े नाल गप शप ला के तुसी टाइम दिता थोड़ा अज कम टैक्सी का जनाब ते करदे ने बड़े बिजी होंदे ने ते मैं जी अचानक ही मुलाकात हुई ते फिर नाल भाई है मिल गए ते नाल ही है साडे शहजादे मिल गए जनाब पछाणन तो इनकार करन वाले ते बहुत शुक्रिया पछाण लिया जी के ऐ हुण बतके मार रहे तू तू रख के इहनू मैं इतनी गल्लां कराईयां ने ते फिर जाण के जाके पछाणिया पछाण लिया जी पछाण बड़ी खुशी हुई जनाब बंदा कोई अपना मिल जावे ने ते बड़ी खुशी होती है अच्छा टाइम गुजारे हो तो याद रहा हमेशा याद रहना क्यों बोलना जी नहीं बोलना बिल्कुल बंदे बड़े सन कई चले भी कई कई फोत भी हो गए उस फैक्ट्री दे बेशुमार बंदे बड़ी रौनक मेला होंदा सी उसे सारे अपने होंदे सी फैक्ट्री कोरियां दी सी ते बंदे सारे अपने सी मंगेतर ते ना इस वजह ते नहीं सी ना मंगेतर उत्थे ਜਿਹੜਾ ਮੰਗੇਤਰ ਆਣ ਵਾਲਾ ਹੁੰਦਾ ਸੀ ਉਹਦਾ ਨਾਂ ਰਜਿਸਟਰਡ ਹੋਇਆ ਹੁੰਦਾ ਸੀ ਪਹਿਲੇ ਐਡਵਾਂਸ ਹੀ ਚਾਉਣਾ ਸੀ ਉਹ ਮੰਗੇਤਰ ਨੂੰ ਕੀ ਹੁੰਦਾ ਸੀ ਇੱਕ ਦਿਨ ਘਰ ਦੂਜੇ ਦਿਨ ਕੰਮ ਤੇ ਉਹਨੂੰ ਵਿਚਾਰੇ ਇੰਗਲੈਂਡ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ ਇਹ ਤਾਂ ਬਹੁਤ ਅੱਛੀ ਗੱਲ ਹੈ ਨਾ ਜੇ ਪਹਿਲੇ ਮਿਲ ਗਿਆ ਮੌਕਾ ਤਾਂ ਫਿਰ ਮੰਗੇਤਰ ਤੁਹਾਡਾ ਵਿਗੜ ਜਾਣਾ ਨਾ ਇਹ ਵੇਖ ਲਓ ਜੀ ਅਸੀਂ ਅਸੀਂ ਮਜ਼ਾਕ ਕੀਤਾ ਆਪਣੇ ਭਰਾਵਾਂ ਦੇ ਨਾਲ ਤੇ ਬੜਾ ਮਜ਼ਾ ਆਇਆ ਜਨਾਬ ਤੇ ਬਹੁਤ ਸ਼ੁਕਰੀਆ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ ਇਨਸ਼ਾਅੱਲਾ ਕਿਧਰੇ ਫਿਰ ਚੱਕਰ ਵਾਕਿੰਗ ਲਗਾ ਨਾ ਫਿਰ ਗੱਪ ਸ਼ੱਪ ਹੋਏਗੀ ਤੁਹਾਡੇ ਨਾਲ ਵੀ ਤੇ ਤੁਹਾਡੇ ਨਾਲ ਵੀ ਦੁਆਵਾਂ 'ਚ ਯਾਦ ਰੱਖਣਾ ਜਨਾਬ ਅਚਾਨਕ ਹੀ ਮੁਲਾਕਾਤਾਂ ਹੋ ਜਾਂਦੀਆਂ ਨੇ ਕਵੀ ਕਦੇ ਜਿੱਥੇ ਬੰਦਾ ਟਾਈਮ ਗੁਜ਼ਾਰਿਆ ਹੋਵੇ ਤੇ ਬੰਦੇ ਮਿਲ ਹੀ ਜਾਂਦੇ ਨੇ ਤੇ ਮਾਸ਼ਾਅੱਲਾ ਬੜਾ ਅੱਛਾ ਲੱਗਿਆ ਇਹਨਾਂ ਦੇ ਨਾਲ ਗੱਪ ਸ਼ੱਪ ਲਾਈ ਤੇ ਬੜਾ ਜੀ ਦੇਸੀ ਮਾਹੌਲ ਹੈ ਮੈਂ ਤੁਹਾਡੇ ਨਾਲ ਵੀ ਕਰਦੇ ਆ ਸ਼ੇਅਰ ਪੁਰਾਣੀ ਯਾਦਾਂ ਕਰੀਏ ਅੱਜ ਤਾਜ਼ਾ ਤੇ ਫਿਰ ਇਹਨਾਂ ਨਾਲ ਮੁਲਾਕਾਤ ਤੇ ਹੋ ਕੇ ਅਸੀਂ ਵਾਪਸ ਆ ਗਏ ਹਾਂ ਬੜੀ ਗੱਪ ਸ਼ੱਪ ਲਾਈ ਤੇ ਬੜਾ ਦੇਸੀ ਜਿਹਾ ਮਾਹੌਲ ਬਣਾਇਆ ਸੀ ਤੇ ਪੁਰਾਣੀ ਯਾਦਾਂ ਅਸੀਂ ਤਾਜ਼ਾ ਕੀਤੀਆਂ ਨੇ ਤੇ ਹੁਣ ਮੈਂ ਜਾ ਰਿਹਾ ਇੱਥੇ ਵੋਲਟਨ ਰੋਡ ਤੇ ਇਹ ਵੀ ਬੜਾ ਮਸ਼ਹੂਰ ਰੋਡ ਹੈ ਜਨਾਬ ਕਦੇ ਚੱਕਰ ਲਾਈਦੇ ਸੀ ਟਾਊਨ ਜਾਈਦਾ ਸੀ ਕਿਸੇ ਜ਼ਮਾਨੇ ਜਨਾਬ ਤੇ ਮੈਂ ਕਿਹਾ ਚਲੋ ਪੁਰਾਣੀਆਂ ਯਾਦਾਂ ਥੋੜੀਆਂ ਦੀਆਂ ਤਾਜ਼ਾ ਕਰੀਏ ਤੇ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਜ਼ਬਰਦਸਤ ਯਾਰ ਨਜ਼ਾਰਾ ਜਨਾਬ ਇੱਥੇ ਗੱਡੀ ਤਾਂ ਗੱਡੀ ਚੜੀ ਹੁੰਦੀ ਪਾਰਕਿੰਗ ਦੀ ਜਗ੍ਹਾ ਨਹੀਂ ਮਿਲਦੀ ਰੋਡ ਹੈ ਇੱਥੇ ਹੁਣ ਤਾਂ ਦੁਕਾਨਾਂ ਆਪਣਿਆਂ ਦੀਆਂ ਕਾਫੀ ਹੋ ਗਈਆਂ ਪਹਿਲੇ ਬਹੁਤ ਘੱਟ ਘੱਟ ਹੁੰਦੀਆਂ ਸੀ ਇੱਥੇ ਅਤੇ ਇਤਨੀਆਂ ਜ਼ਿਆਦਾ ਨਹੀਂ ਸੀ ਅਤੇ ਗਰੋਸਰੀ ਦੀ ਸ਼ਾਪਾਂ ਬਹੁਤ ਹੀ ਕੰਮ ਸੀ ਹੁਣ ਤਾਂ ਮਾਸ਼ਾਅੱਲਾ 5-6 ਜ਼ਿਆਦਾ ਖੁੱਲ੍ਹੀ ਗਈਆਂ ਨੇ ਅਤੇ ਖਾਣ ਪੀਣ ਆਸਾਨ ਹੋ ਗਿਆ ਨਾਈਆਂ ਦੀ ਵੀ ਦੁਕਾਨ ਹੈ ਸਾਈਡ 'ਤੇ ਨਾ ਸਾਈਡ 'ਤੇ ਹੈ ਜੀ ਹੇਅਰ ਕੱਟ ਵਾਲੀ ਦੁਕਾਨ ਨਾਈਆਂ ਦੀ ਦੁਕਾਨ ਵਿਲੇਜ ਬਾਰਬਰ ਸਾਈਡ 'ਤੇ ਆ ਵੇਖਿਆ ਜੀ ਅੰਦਰ ਭਾਈ ਕੰਮ ਸ਼ਾਮੀ ਕਰ ਰਹੇ ਨੇ ਅਸੀਂ ਅੰਦਰ ਨਹੀਂ ਜਾਵਾਂਗੇ
ਤੇ ਇਹ ਮਾਰਕੀਟ ਵੀ ਹੈ ਇਹ ਸਾਈਡ ਤੇ ਫਰੂਟਾਂ ਸ਼ਰੂਟਾਂ ਦੀ ਵੀ ਦੁਕਾਨ ਹੈ ਵੇਖੇ ਨੇ ਬਾਹਰ ਫਰੂਟ ਪਏ ਨੇ ਇੱਥੇ ਟੋਕਰੀਆਂ ਲਾਈਆਂ ਨੇ ਇਹਨਾਂ ਸਪੈਸ਼ਲ ਆਫਰ ਤੇ ਚਾਹੀਦੀਆਂ ਨੇ ਲੈ ਲਓ ਵਧਾ ਜਾ ਇਹ ਵੇਖ ਲਓ ਇਹ ਸਾਈਡ ਤੇ ਆਪਣਾ ਆਤਫ ਸੁਪਰ ਸਟੋਰ ਹੈ ਜੀ ਕਾਫੀ ਪੁਰਾਣਾ ਸੁਪਰ ਸਟੋਰ ਹੈ ਆਤਫ ਸੁਪਰ ਸਟੋਰ ਬੜਾ ਪੁਰਾਣਾ ਸਟੋਰ ਹੈ ਇੱਥੇ ਹਰ ਇੱਕ ਚੀਜ਼ ਮਿਲ ਜਾਂਦੀ ਪਹਿਲੇ ਇਹੀ ਹੁੰਦਾ ਸੀ ਤੇ ਦੂਜੀਆਂ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਸੀ ਇਹ ਸਟੋਰ ਇੱਥੇ ਤੇ ਇੱਥੇ ਖਾਣ ਪੀਣ ਦਾ ਸਾਰਾ ਹਾਲ ਮਿਲ ਜਾਂਦਾ ਹੁਣ ਦੁਕਾਨਾਂ ਕਾਫੀ ਹੋ ਗਈਆਂ ਨੇ ਪਹਿਲੇ ਬਹੁਤ ਹੀ ਚੰਦ ਦੁਕਾਨਾਂ ਹੁੰਦੀਆਂ ਸੀ ਜਿੱਥੇ ਨਾ ਆਪਣਾ ਹਲਾਲ ਖਾਣ ਪੀਣ ਵਾਲਾ ਸੌਦਾ ਮਿਲਦਾ ਸੀ ਗੋਸ਼ਤ ਚਿਕਨ ਸ਼ਿਕਨ ਜਿੱਥੇ ਮੈਂ ਪਹਿਲੀ ਦਫਾ ਯੂਕੇ ਆਇਆ ਸੀ ਯੂਕੇ ਦੇ ਦਰਸ਼ਨ ਮੈਂ ਕੀਤੇ ਸੀ ਇੱਥੇ ਆਪਣਾ ਵਾਕਿੰਗ ਇੱਥੇ ਲੈਂਡ ਹੋਈ ਸੀ ਫਲੈਟ ਤੇ ਇੱਥੇ ਮੇਰੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ ਸੀ ਇੰਗਲੈਂਡ ਦਾ ਤੇ ਪਤਾ ਲੱਗਾ ਸੀ ਇੰਗਲੈਂਡ ਹੈ ਕੀ ਹੋ ਜਾਂਦਾ ਕਿਹੜੇ ਕਿਹੜੇ ਭਾਅ ਵਿਕਦੀ ਇੱਥੇ ਅਤੇ ਕੀ ਜਿਹਾ ਮਾਹੌਲ ਹੁੰਦਾ ਇੱਥੇ ਚਲੋ ਅੱਗੇ ਤਾਂ ਮਾਹੌਲ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜਾਂਦੇ ਹੋਏ ਵਿਖਾਵਾਂਗੇ ਤੁਹਾਨੂੰ ਇੱਥੇ ਕਿਹੜੀ ਕਿਹੜੀ ਘਰ ਬਣੇ ਨੇ ਬੜੇ ਵਧੀਆ ਜੇ ਮੇਰਾ ਜਿਹਾ ਮਾੜਾ ਬੰਦਾ ਮੇਰੇ ਜਿਹਾ ਘਰ ਨਹੀਂ ਲੈ ਸਕਦਾ ਇੱਥੇ ਇੱਕ ਨਵਾਂ ਸੁਪਰ ਸਟੋਰ ਖੁੱਲ੍ਹ ਗਿਆ ਇਹ ਸਟੋਰ ਕੈਰਮ ਬੋਰਡ ਵੀ ਪਿਆ ਭਾਈ ਹੋਰਾਂ ਬਾਹਰ ਰੱਖਿਆ ਕੈਰਮ ਬੋਰਡ ਵਧੀਆ ਹੀ ਚੀਜ਼ ਆਸਮ ਸੁਪਰ ਸਟੋਰ ਚਲੋ ਚੱਲਦੇ ਹਾਂ ਅੰਦਰ ਦੇਖਦੇ ਹਾਂ ਜੀ ਇਹ ਪਹਿਲੇ ਸਟੋਰ ਇੱਥੇ ਨਹੀਂ ਸੀ ਅਤੇ ਵੇਖ ਲਓ ਕੈਰਮ ਬੋਰਡ ਵੀ ਇੱਥੇ ਪਿਆ ਜ਼ਬਰਦਸਤ ਅਤੇ ਭਾਈ ਵੀ ਸਾਹਮਣੇ ਹੀ ਖੜ੍ਹੇ ਨੇ ਅਸਲਾਮ ਅਲੈਕੁਮ ਭਾਈ ਸਾਹਿਬ ਕਿਆ ਹਾਲ ਹੈ ਭਾਈ ਸਾਹਿਬ ਕਿਆ ਨਾਮ ਹੈ ਆਪਕਾ ਮੇਰਾ ਨਾਮ ਆਸਨ ਹੈ ਆਸਨ ਨਾਮ ਹੈ ਜੀ ਬਿਲਕੁਲ ਤੋ ਮਾਸ਼ਾਅੱਲਾ ਮੈਨੇ ਪਹਿਲੇ ਇਹ ਦੁਕਾਨ ਨਹੀਂ ਦੇਖੀ ਕਿਤਨਾ ਅਰਸਾ ਹੁਆ ਆਪਕੋ ਇਧਰ 2017 ਸਾਲ ਮੇ ਕੋਲ ਹੈ ਅੱਛਾ ਸਾਲ ਹੋ ਗਿਆ ਹੈ 4 ਸਾਲ ਤੋ ਕੈਸਾ ਰਿਸਪੌਂਸ ਹੈ ਇਧਰ ਕਾ ਅਲਹਮਦੁਲਿਲਾ ਅਲਹਮਦੁਲਿਲਾ ਅੱਛਾ ਰਿਸਪੌਂਸ ਹੈ ਜੀ ਕਾਫੀ ਲੋਕ ਪਸੰਦ ਕਰਤੇ ਹਨ ਕਿਉਂਕਿ ਪਹਿਲੇ ਤੋ ਮੈਂ ਇਧਰ ਰਹਤਾ ਥਾ ਨਾ ਬਹੁਤ ਕਮ ਹੋਤੀ ਸੀ ਆਪਣੀ ਮਾਰਕੀਟ ਜੀ ਇੱਕ ਆਦ ਹੋਤੀ ਸੀ ਚਲੋ ਅਬ ਤੋ ਮਾਸ਼ਾਅੱਲਾ ਲੋਗੋ ਕੇ ਪਾਸ ਆਪਸ਼ਨ ਵੀ ਜ਼ਿਆਦਾ ਹੋ ਗਿਆ ਹੈ ਇੱਕ ਦੁਕਾਨ ਪੇ ਜਾਣੇ ਦੀ ਜ਼ਰੂਰਤ ਨਹੀਂ ਜੋ ਨਜ਼ਦੀਕ ਤੋ ਜ਼ਿਆਦਾ ਏਸ਼ੀਅਨ ਔਰ ਹਮਾਰਾ ਉਹ ਮੁਸਲਿਮ ਕਮਿਊਨਿਟੀ ਵੀ ਜ਼ਿਆਦਾ ਬੜ ਗਿਆ ਬਿਲਕੁਲ ਸ਼ਾਪ ਵੀ ਜ਼ਿਆਦਾ ਚਾਹੀਏ ਔਰ ਵੀ ਚਾਹੀਏ ਔਰ ਚਾਹੀਏ ਬਹੁਤ ਕੰਮ ਤੋ ਕਿਆ ਕਿਆ ਆਪਕੇ ਕੁਝ ਰੱਖਾ ਹੁੰਦਾ ਯਾਰ ਬਸ ਇਹ ਸਾਰੇ ਗੁਸਾਰੀ ਹੈ ਚਾਲ ਹੈ ਆਟਾ ਹੈ ਉਹ ਫਿਸ਼ ਸਪੈਸ਼ਲੀ ਇਹ ਸ਼ਾਪ ਫਿਸ਼ ਕੇ ਲਈ ਸਪੈਸ਼ਲ ਆਪਕੇ ਪਾਸ ਫਿਸ਼ ਕੌਣ ਕੌਣ ਸੀ ਹੈ ਦਿਖਾਏ ਨਾ ਆਵਾ ਆ ਦਿਖਾਤੇ ਹਨ ਹਮ ਆਪਣੇ ਆਵਾਮ ਕੋ ਜੀ ਬਿਲਕੁਲ ਅੱਛਾ ਫਿਸ਼ ਕੌਣ ਕੌਣ ਸੀ ਇਧਰ ਆਪਨੇ ਰੱਖੀ ਹੈ ਇਹ ਹਿਲਸ਼ਾ ਹੈ ਪੂਟਾ ਹੈ ਰੂਹੂ ਹੈ ਅਮਰੀਕਲ ਹੈ ਅੱਛਾ ਉਹ ਬੜਾ ਵਾਲਾ ਪ੍ਰੌਨ ਹੈ ਰੈਸਟੋਰੈਂਟ ਵਾਲਾ ਕੇ ਲਈ ਕੌਣ ਸਾ ਪ੍ਰੌਨ ਹੈ ਦਿਖਾਏ ਜਰਾ ਪ੍ਰੌਨ ਇਹ ਹੈ ਨਾ ਇਹ ਅੱਛਾ ਇਹ ਵਾਲਾ ਪ੍ਰੌਨ ਹੈ ਇਹ ਦੇਖੇ ਜੀ ਭਾਈ ਸਾਹਿਬ ਕੇ ਪਾਸ ਇਹ ਬੜੇ ਵਾਲਾ ਪ੍ਰੌਨ ਹੈ ਤੇ ਮਾਸ਼ਾਅੱਲਾ ਇਨਕੇ ਪਾਸ ਮੱਛਲੀ ਵੀ ਬੜੀ ਬੜੀ ਹੈ ਇਹ ਦੇਖੇ ਜੀ ਕਿਤਨੀ ਰੂਹੂ ਹੈ ਅਮਰੀਕਲ ਹੈ ਇੱਕ ਮੱਛਲੀ ਦਿਖਾਏ ਨਾਮ ਦਿਖਾਏ ਲੋਗੋ ਕੋ ਭਾਜੀ ਇਧਰ ਦੁਕਾਨ ਪੇ ਹੈ ਵਾਲਟਨ ਰੋਡ ਪੇ ਵਾਹ ਜੀ ਵਾਹ ਇਹ ਬਹੁਤ ਕਮ ਕਮ ਮਾਰਕੀਟ ਮੇ ਦੇਖਨੇ ਕੋ ਮਿਲਤਾ ਹੈ ਮਾਸ਼ਾਅੱਲਾ ਆਪ ਤੋ ਸਭ ਕੁਝ ਰੱਖਾ ਹੋਇਆ ਹੈ ਚਿਕਨ ਵੀ ਸਾਰੇ ਕੁਝ ਹੀ ਹੈ ਸਭ ਕੁਝ ਹੈ ਆਪਕੇ ਪਾਸ ਬੁਚਰ ਕਾ ਕਾਊਂਟਰ ਹੈ ਅੱਛਾ ਅੱਛਾ ਇਹ ਬੁਚਰ ਕਾ ਕਾਊਂਟਰ ਹੈ ਮਾਸ਼ਾਅੱਲਾ ਬੜਾ ਸਾਫ ਸੁਥਰਾ ਸਾ ਕਾਊਂਟਰ ਹੈ ਆਪਕਾ ਨਾ ਤੋ ਬੜੀ ਖੁਸ਼ੀ ਹੋਈ ਜਨਾਬ ਦੇਖ ਲੋ ਜੀ ਭਾਈ ਕੇ ਪਾਸ ਹਰ ਇੱਕ ਚੀਜ਼ ਹੈ ਮੱਛਲੀ ਦੋ ਜੀ ਆਪ ਕੋ ਆ ਗਈ ਆਪਣੇ ਉਧਰ ਕੀ ਚੀਜ਼ ਹੈ ਇਧਰ ਕੋ ਜੋ ਬਲੌਕ ਕਾ ਫਿਸ਼ ਹੈ ਅੱਛਾ ਅੱਛਾ ਬਲੌਕ ਹੈ ਇਹ ਤੋ ਅੱਛਾ ਇਹ ਬਲੌਕ ਕਾ ਫਿਸ਼ ਹੈ ਜ਼ਬਰਦਸਤ ਤੋ ਛੋਟਾ ਥੋੜਾ ਥੋੜਾ ਲੈਤੀ ਹੈ ਨਾ ਉਹ ਇਹ ਬਲੌਕ ਬਿਲਕੁਲ ਹੈ ਇਧਰ ਫਰੋਜ਼ਨ ਵੈਜੀਟੇਬਲ ਵੀ ਹੈ ਜੀ ਆਪਨੇ ਤੋ ਸਭ ਕੀ ਮੁਸ਼ਕਲਾਤ ਹੱਲ ਕਰ ਦੀ ਦੇਖ ਲੋ ਜੀ ਘਰ ਬਣਾਨੇ ਕੀ ਜ਼ਰੂਰਤ ਨਹੀਂ ਹੈ ਫਰੋਜ਼ਨ ਲਿਓ ਇਧਰ ਸੇ ਪੈਕਟ ਮੇ ਅਲਹਮਦੁਲਿਲਾ ਆ ਜਾਓ ਬਿਲਕੁਲ ਜੀ ਇਹ ਦੇਖੇ ਜੀ ਪਾਲਕ ਵੀ ਤਾਜ਼ਾ ਭਾਈ ਕੇ ਪਾਸ ਹੈ ਹਰ ਇੱਕ ਚੀਜ਼ ਆਪਕੋ ਇਸ ਦੁਕਾਨ ਪੇ ਮਿਲੇਗੀ ਜੀ ਭਾਈ ਕੀ ਦੁਕਾਨ ਕਾ ਵਿਜ਼ਿਟ ਕਰੇ ਮਾਸ਼ਾਅੱਲਾ ਬਹੁਤ ਹੀ ਪਿਆਰੇ ਭਾਈ ਹੈ ਆਜ ਇਨਸੇ ਮੁਲਾਕਾਤ ਹੋਗੀ ਜਾਤੇ ਜਾਤੇ ਤੋ ਕਾਫੀ ਅਰਸੇ ਕੇ ਬਾਅਦ ਮੈਂ ਇਧਰ ਵਾਕਿੰਗ ਕਾ ਚੱਕਰ ਲਗਾਇਆ ਮੈਂ ਚਲੋ ਕਾਫੀ ਚੇਂਜਿੰਗ ਹੋਈ ਹੋਈ ਹੈ ਮੈਂ ਕਿਹਾ ਚਲੋ ਭਾਈ ਆਪਣੇ ਅੰਦਰ ਤੋ ਦੁਕਾਨ ਵੀ ਦਿਖਾਤੇ ਹਾਂ ਭਈਆ ਯੋ ਕਹਾ ਚਾਹੋ ਹਾਂਜੀ ਬਿਲਕੁਲ ਭਾਈ ਬਹੁਤ ਹੀ ਪਿਆਰੇ ਹੈ ਜੀ ਲਗਾਏ ਚੱਕਰ ਇਨਕੇ ਪਾਸ ਮਾਸ਼ਾਅੱਲਾ ਦੇਖ ਲੈ ਕਿਤਨਾ ਜ਼ਬਰਦਸਤ ਮਾਹੌਲ ਹੈ ਤੋ ਮੱਛਲੀ ਤੋ ਆਪਣੇ ਮੁਲਕ ਕੀ ਮੱਛਲੀ ਕਾ ਆਪਣਾ ਹੀ ਮਜ਼ਾ ਹੁੰਦਾ ਹੈ ਤੋ ਦੂਸਰੀ ਮੱਛਲੀ ਤੋ ਹੈ ਦੇਖ ਲੋ ਜੀ ਹਰ ਇੱਕ ਚੀਜ਼ ਭਾਈ ਕੀ ਦੁਕਾਨ ਪੇ ਮਿਲੇਗੀ ਫੁੱਲ ਵੈਰਾਈਟੀ ਰੱਖੀ ਹੋਈ ਹੈ ਮਸਾਲੇ ਚਾਹੀਏ ਹੋ ਆਪਕੋ ਵੋ ਵੀ ਹੈ ਦਸਤਿਆਬ ਹੈ ਜ਼ਬਰਦਸਤ ਜੀ ਹਰ ਇੱਕ ਚੀਜ਼ ਕਿਆ ਬਾਤ ਹੈ ਭਾਈ ਸਾਹਿਬ तो ये दुकान जो आपकी कितने दिन ओपन रहती है ये सात दिन सात दिन जिस टाइम दिल करे इधर आ जाओ 9 बजे से रात 8:30 बजे तक आठ साढ़े आठ बजे से लो जी भाई की
स्पेशल है ये सारे। अच्छा ये क्या चीज है? ये सारे ड्राई फिश है। अच्छा ये ड्राई फिश रखी हुई है? ये सारे ड्राई फिश। ये देखो जी भाई की दुकान पे ड्राई मछली भी मिलेगी आपको। ये बोतल में है रेडी वाला जो ड्राई फिश कहते हैं ना ये सारे। अच्छा अच्छा। और ये सारे आचार है। अचार, वाजी वाह क्या बात है जी भाई साहब, आपकी दुकान के अंदर तो क्या बात है, हर एक चीज मिलती है। इधर देख लें जी, माशाल्लाह जी बहुत जबरदस्त है भाई की दुकान। वोल्टन रोड पे चक्कर लगाएं तो आपको मिलेगी मजेदार सी चीजें, हर एक घर जरूरत की हर एक चीज आपने रखी हुई है। तो ये जबरदस्त जी, देख लो अपने मुल्क की भी चीजें इधर आपको काफी मकदार में मिलेंगी। तो जो नजदीक रहते हैं उनके लिए तो बहुत फायदा हो गया ना, कहीं जाने की जरूरत नहीं है, अल्हम्दुलिल्लाह जी। जिस टाइम दिल करे इधर आओ, आराम से शॉपिंग करके ले जाओ। भाई के पास मसाले भी सब कुछ है जी, हर एक चीज है भाई के पास। तो रोजमर्रा की चीजें हैं, परांठे भी बने बनाए इधर आपको मिलेंगे अच्छे से। घर बनाने की क्या जरूरत, अगर बने बनाए मिल जाए तो। अगर पान भी मिलती है, पान पान भी है, वो देख लो जी भाई ने पान भी रखा हुआ है, क्या बात है। ये तो एक खास चीज है, ये पान भी है इधर देखो, ये जबरदस्त। ये देखो जी भाई की दुकान पे पान भी मिलेगा, कितनी किस्म का पान लगाया हुआ है। ये एक किस्म का पानी है अभी। अच्छा, बांग्ला पान के साथ खौर जर्दा चूना भी है सारा। अच्छा पूरा सिस्टम है जी, भाई की दुकान पे फुल देसी माहौल कहते हैं ना इसको, हमारे इलाके में देसी माहौल मिलेगा जी। बिल्कुल जबरदस्त जी, बहुत शुक्रिया। जैसी आए थे दुकान च, भाई होने उर्दू च गल की है, उन्होंने ਪੰਜਾਬੀ ਸਮਝ ਨਹੀਂ ਸੀ ਆਉਂਦੀ। ਮੈਂ ਚਲੋ ਉਰਦੂ ਚ ਗੱਲ ਕਰਕੇ ਕਰ ਲੈਂਦੇ ਅੱਜ, ਤੇ ਬੰਦੇ ਵੀ ਖੁਸ਼ ਹੋ ਜਾਣਗੇ ਮੈਂ ਹਟਾਵਾਂ ਪੰਜਾਬੀ ਚ ਗੱਲ ਕਰਦਾ, ਤੇ ਮਜ਼ਾ ਆਏਗਾ। ਤੇ ਲਾਜ਼ਮੀ ਚੱਕਰ ਲਾਣਾ ਭਾਈ ਉਹਦੀ ਦੁਕਾਨ ਦਾ, ਵਿਜ਼ਿਟ ਲਾਜ਼ਮੀ ਕਰਨਾ ਜੇ। ਮਾਸ਼ਾਅੱਲਾ ਚੀਜ਼ਾਂ ਤੁਹਾਨੂੰ ਜ਼ਬਰਦਸਤ ਜੀਆਂ ਮਿਲਣਗੀਆਂ। ਤੇ ਚਲੋ ਚੱਲਦੇ ਹਾਂ, ਅੱਗੇ ਦਾ ਵੀ ਮਾਹੌਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅੱਜ ਵਾਕਿੰਗ ਦਾ। ਇੱਥੇ ਕਿਹੜੀ ਕਿਹੜੀ ਚੀਜ਼ਾਂ ਹੋਰ ਨਿਕਲਿਆ ਕੇ ਆ ਗਿਆ ਬਾਈ ਸੀ ਆਪਣੇ ਸੀ ਬੰਗਲਾਦੇਸ਼ ਤੋਂ, ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਸੀ। ਮੈਂ ਕਿਹਾ ਚਲੋ ਅੱਜ ਤਾਂ ਵਲੋਗ ਉਰਦੂ ਚ ਹੀ ਕਰ ਦਿੰਦੇ ਹਾਂ, ਭਾਈ ਨਾਲ ਉਰਦੂ ਚ ਗੱਪ ਸ਼ੱਪ ਲਾਈਏ। ਵੇਖ ਲਓ ਵੋਲਟਨ ਰੋਡ ਤੇ ਕਾਫੀ ਚੇਂਜਿੰਗ ਹੋ ਗਈ ਜੀ। ਹੁਣ ਅਸੀਂ ਅੱਗੇ ਆ ਰਹੇ ਹਾਂ, ਅੱਗੇ ਵੀ ਇੱਕ ਦੁਕਾਨ ਹੈ ਮੀਟ ਵਾਲੀ, ਏਐਫਸੀ ਪਿਰੀ ਪਿਰੀ ਟੇਕਵੇ ਵੀ ਹੈ ਇੱਥੇ ਹੈ ਵੋਲਟਨ ਰੋਡ ਤੇ। ਬੜੀ ਪੁਰਾਣੀ, ਪਹਿਲਾਂ ਤਾਂ ਨਾਂ ਕੁਝ ਹੋਰ ਹੁੰਦਾ ਸੀ ਜਦੋਂ ਅਸੀਂ ਰਹਿੰਦੇ ਸੀ, ਤੇ ਹੁਣ ਇਹਦਾ ਨਾਂ ਕੋਈ ਹੋਰ ਹੀ ਹੈ, ਡਿਫਰੈਂਟ ਹੋ ਗਿਆ ਹੁਣ। ਆਹ ਵੇਖੋ ਜੇ, ਇਹ ਡਿਫਰੈਂਟ ਹੀ ਲੱਗ ਰਿਹਾ। ਮੀਟ ਦੁਕਾਨ ਹੈ, ਗਰੋਸਰੀ ਦੁਕਾਨ ਹੈ, ਇੱਥੇ ਵੀ ਹਰ ਇੱਕ ਚੀਜ਼ ਮਿਲ ਜਾਂਦੀ, ਜਿਤਨੀ ਚਾਹੋ ਤੁਹਾਨੂੰ ਇੱਥੇ ਜ਼ਬਰਦਸਤ ਚੀਜ਼ਾਂ ਮਿਲ ਹੀ ਜਾਣਗੀਆਂ। ਹਰ ਇੱਕ ਚੀਜ਼ ਇੱਥੇ ਜ਼ਬਰਦਸਤ ਮਿਲੇਗੀ ਹਾਲੀ ਵਾਕਿੰਗ ਦੇ ਅੰਦਰ। ਇਹ ਵੀ ਬੜੀ ਪੁਰਾਣੀ ਦੁਕਾਨ ਹੈ ਇੱਥੇ, ਇਹਨਾਂ ਕੋਲ ਮਾਲ ਆ ਗਿਆ ਮੇਨ ਰੋਡ ਤੇ। ਅਸੀਂ ਇੱਧਰ ਚੱਲਦੇ ਹਾਂ ਲਾਈਟਾਂ ਤੋਂ, ਫਿਰ ਅੱਗੇ ਸਾਡਾ ਰੋਡ ਆ ਜਾਏਗਾ ਮੇਬਰੀ ਰੋਡ ਜਿੱਥੇ ਮੈਂ ਆਇਆ। ਵੇਖ ਲਓ ਜੀ ਬ੍ਰਿਜ, ਇਹਦੇ ਉੱਤੇ ਟ੍ਰੇਨ ਜਾਂਦੀ, ਫਿਲਹਾਲ ਤਾਂ ਟ੍ਰੇਨ ਨਹੀਂ ਜਾ ਰਹੀ, ਜੇ ਜਾ ਰਹੀ ਹੁੰਦੀ ਤਾਂ ਫਿਰ ਉਹ ਵਿਖਾਉਂਦੇ, ਕੀ ਪਤਾ ਗੁਜ਼ਰ ਹੀ ਜਾਏ ਥੋੜ੍ਹੀ ਦੇਰ ਬਾਅਦ। ਮੈਂ ਗਿਆ ਥੱਕ ਜਨਾਬ, ਅਤੇ ਅੱਜ ਇਸਦੀ ਵੀਡੀਓ ਦਾ ਇਖਤਤਾਮ ਇੱਥੇ ਹੀ ਕਰਦੇ ਹਾਂ, ਅਤੇ ਹੋਰ ਵੀਡੀਓ ਨਹੀਂ ਬਣ ਸਕਦੀ ਮੇਰੇ ਕੋਲ, ਲੱਤਾਂ ਜਵਾਬ ਦੇ ਗਈਆਂ ਨੇ। ਅਤੇ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ 'ਚ। ਮੈਨੂੰ ਇਜਾਜ਼ਤ, ਅੱਲਾਹ ਹਾਫਿਜ਼।